दोस्तों तो अज असी पहुँचे हाँ अपनी पिंड की ग्राउंड दे विच। मैं क्या एक्सरसाइज करनी जरूरी है तो अज एक्सरसाइज करके आने तो आओ असी थोड़ी रनिंग करते हैं। रनिंग करन तो बाद एक्सरसाइज शुरू करते हैं क्योंकि बाकी दे काम बाद च पहला सेहत जरूरी है। तो आ जाओ रनिंग करते हैं। बोल के दसना, बोल के कि लगा? ठीक लगा। सारे दसो आ जा, तुम्हें इधर आ, इधर कितने जाना? आ देखो जी मुंडे नाल एक्सरसाइज करते पे आ, दंद थोड़े जे दे ओपन कर जा मुंह, ई कर ई। ठीक है, एक्सरसाइज करया करो, ठीक है रोज। ओके चलो शाबाश, करते हैं एक्सरसाइज। तो भी दोस्तों ये बच्चे इतने ग्राउंड दे विच आए हुए सी ते मैं सोचा कि इन्हों भी नाल एक्सरसाइज कराई जाए, तो रनिंग कर रहे सी नाल, तो उस तो बाद करते हैं गल्लां बातें इन्हां नाल भी, तो थोड़ी एक्सरसाइज करते हैं। चलो आ जाओ। एक्सरसाइज करन तो बाद हुण असीं बच्चियां दे नाल मस्ती करांगे थोड़ी देर, ते आओ नाले तुहानूं पिंड दी ग्राउंड दा इक गेड़ा मरवाने आ। लो वी दोस्तो ये बच्चे आ गए आ नाल साडे, ते इहनां नूं इंट्रोडक्शन कराने आ वी कित्थों कित्थों, मैं वी पहली वार मिलिया इहनां नूं, ग्राउंड 'च आए सी मेरे कोल आ गए, मैं कहा चलो गल्लबात करते हैं। हाँ जी बच्चो दस वी तेरा नाम की आ? लड्डू। लड्डू शाबाश। लड्डू कित्थे पढ़दा तूं? नंगल सीधा। ਉਹ ਨੰਗਲ ਚੀਦਾ ਸਾਡੇ ਪਿੰਡ। ਸਾਡਾ ਪਿੰਡ ਵੀ ਨੰਗਲ ਚੀਦਾ ਹੈ। ਸ਼ਾਬਾਸ਼। ਇਹ ਮੁੰਡਾ ਹੈਗਾ ਜੀ ਲੱਡੂ, ਉਧਰ ਦੇਖ, ਇਧਰ ਦੇਖ ਕੇ ਗੱਲ ਕਰੀਆਂ ਇਧਰ। ਇਹ ਮੁੰਡਾ ਹੈਗਾ ਲੱਡੂ, ਲੱਡੂ ਪੜਦਾ ਹੈਗਾ ਨੰਗਲ ਸ਼ਹੀਦਾਂ। ਹਾਂਜੀ ਤੁਹਾਡਾ ਕੀ ਨਾਮ? ਪ੍ਰੀਤਿਕਾ। ਪ੍ਰੀਤਿਕਾ, ਪ੍ਰੀਤਿਕਾ ਜੀ ਕੁੜੀਆਂ ਦਾ ਨਾਮ ਹੈਗਾ ਪ੍ਰੀਤਿਕਾ, ਤੇ ਕਿੱਥੇ ਪੜਦੇ ਹੋ? ਨੰਗਲ ਸ਼ਹੀਦਾਂ। ਨੰਗਲ ਸ਼ਹੀਦਾਂ ਪੜਦੀ ਆ ਕੁੜੀ, ਤੇ ਆ ਇੱਕ ਬੇਟਾ ਹੈਗਾ। ਹਾਂਜੀ ਪੁੱਤ ਤੁਹਾਡਾ ਕੀ ਨਾਮ? ਤਨਵੀਰ। ਤਨਵੀਰ, ਇਹਦਾ ਨਾਮ ਹੈਗਾ ਜੀ ਤਨਵੀਰ। ਤਨਵੀਰ ਤੁਸੀਂ ਕਿੱਥੇ ਪੜਦੇ ਹੋ? कॉन्फिडेंस रखना हमेशा अपनी जिंदगी च। ओके कॉन्फिडेंस पता किनू कहिंदे आ? डरना नहीं आ, जो करना करना ही आ। ठीक है शाबाश गुड बच्चे। ते एक मुंडा होर आ, ओह वी तुहानू मिलाने आ। पुत इधर आ, इधर आ पिछे आ, इधर दी ਲੈ ਕੁਛ ਨਹੀਂ ਹੁੰਦਾ, ਨਾ ਹੀ ਦੱਸਣਾ ਆਪਣਾ, ਲੈ ਡਰੀ ਦਾ ਥੋੜ੍ਹੀ ਹੁੰਦਾ। ਆ ਲਓ ਜੀ ਆਹ ਮੁੰਡਾ ਆ, ਬਹੁਤ ਬੀਬਾ ਬੱਚਾ ਆ, ਇਹ ਪਤੰਗ ਹੁਣੇ ਸਵੇਰੇ ਹੀ ਲੈ ਆਇਆ ਚੜਾਉਣ ਨੂੰ। ਤੇ ਪੁੱਤ ਕੀ ਨਾਂ ਤੇਰਾ? ਸੁਮਿਤ। ਉੱਚੀ ਕੀ ਬੋਲਣਾ ਪੁੱਤ? ਸੁਮਿਤ। ਸੁਮਿਤ, ਸੁਮਿਤ ਨਾਮ, ਹਾਂ ਨਹੀਂ ਹਾਂਜੀ ਕਹੀਦਾ ਪੁੱਤ। ਠੀਕ ਆ, ਇਹਦਾ ਨਾਂ ਹੈਗਾ ਜੀ ਸੁਮਿਤ। ਕਿਹੜੇ ਸਕੂਲੇ ਪੜ੍ਹਦਾ ਪੁੱਤ? ਨੰਗਲ ਸ਼ਹੀਦਾਂ ਪੜ੍ਹਦਾ। ਇਹ ਸਾਰੇ ਬੱਚੇ ਜਿੰਨੇ ਵੀ ਆ ਸਾਡੇ ਪਿੰਡ ਪੜ੍ਹਦੇ ਆ ਨੰਗਲ ਸ਼ਹੀਦਾਂ। ਤੇ ਹੁਣ ਰੋਜ਼ ਐਕਸਰਸਾਈਜ਼ ਕਰਿਆ ਕਰਨੀ ਆ, ਠੀਕ ਆ, ਕਰਿਆ ਕਰੂੰਗੇ। ਗਰਾਊਂਡ ਤੁਹਾਡੇ ਕੋਲ ਆ, ਰੋਜ਼ ਐਕਸਰਸਾਈਜ਼ ਕਰਨੀ ਆ, ਕੇ ਰਨਿੰਗ ਕਰਨੀ ਆ, ਖੇਡਣਾ ਆ। ਆ ਪਬਜੀ ਵਗੈਰਾ ਨਹੀਂ ਖੇਡਣੀ, ਠੀਕ ਆ, ਜਿਹੜੇ ਫੋਨ ਮੋਬਾਈਲਾਂ ਦੇ ਉੱਤੇ ਖੇਡਦੇ ਉਹ ਨਹੀਂ ਖੇਡਣਾ, ਠੀਕ ਆ। ਕੀ ਖੇਡਣਾ ਆ? ਗਰਾਊਂਡ 'ਚ ਆ ਕੇ ਖੇਡਣਾ। ਜਿਹੜਾ ਵੀ ਫਸਟ ਆਊਗਾ ਉਹ ਵਿਨਰ ਹੋ ਜਾਊਗਾ। ਮੈਂ ਤਿੰਨ ਕਹੂੰਗਾ, ਤਿੰਨਾਂ ਨੇ ਦੌੜਨਾ। ਰੈਡੀ 1 2 3। ਆ ਗੁੜੀਆ 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 ਹੋਰ ਲੈ ਬਈ, ਦੋਨੋਂ ਹੀ ਬਰਾਬਰ ਲੈ। ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼, ਸਾਰਿਆਂ ਨੇ ਬਹੁਤ ਵਧੀਆ ਦੌੜੇ ਸਾਰੇ, ਗੁੱਡ ਗੁੱਡ। ਲਓ ਜੀ ਇਹ ਮੁੰਡਾ ਜਿਹੜਾ ਹੈਗਾ ਆ, ਕੀ ਨਾਂ ਦੱਸਿਆ ਸੀ? ਸੁਮਿਤ। ਤੇ ਗੁੜੀਆ ਦਾ ਕੀ ਨਾਂ ਸੀ? ਪ੍ਰੀਤਿਕਾ। ਇਹ ਦੋਨੇ ਜਾਣੇ ਬਰਾਬਰ ਰਹੇ ਆ, ਸ਼ਾਬਾਸ਼। ਇੱਕ ਵਾਰੀ ਤਾੜੀਆਂ ਮਾਰੋ ਆਪਣੇ ਲਈ ਆਪੇ, ਜ਼ੋਰ ਨਾਲ ਜਰਾ, ਗੁੱਡ ਗੁੱਡ। ਖੇ ਤੂੰ ਖੇਡਾਂ 'ਚ ਪਾਰਟ ਲਿਆ ਕਰ ਗੁੜੀਆ, ਠੀਕ ਆ ਪ੍ਰੀਤਿਕਾ, ਤੇ ਤੂੰ ਵੀ ਕਾਕੇ ਦੌੜਿਆ ਕਰੋ, ਬਹੁਤ ਸੋਹਣਾ ਦੌੜਦੇ ਆ ਤੁਸੀਂ, ਠੀਕ ਹੈ।
ਲਓ ਵੀ ਮਿੱਤਰੋ ਇਹ ਚਾਰ ਪਾਰਟਿਸਪੈਂਟ ਆਪਣੇ ਆ ਗਏ ਆ ਅਤੇ ਹੁਣ ਇਹਨਾਂ ਦੀ ਦੌੜ ਹੋਣ ਲੱਗੀ ਆ। ਆਪਾਂ ਇੱਕ ਲੱਤ ਭਾਰ ਇਹਨਾਂ ਦੀ ਰੇਸ ਕਰਾਉਣੀ ਆ। ਉਹ ਸਾਹਮਣੇ ਟੁੱਟੀ ਇੱਟ ਪਈ ਆ, ਉੱਥੇ ਤੱਕ ਇਹਨਾਂ ਨੇ ਜਾਣਾ ਅਤੇ ਵਾਪਸ ਆਉਣਾ। ਜਿਹੜਾ ਆ ਗਿਆ ਉਹ ਵਿਨ ਹੋ ਜਾਊਗਾ ਅਤੇ ਦੂਸਰੇ ਜਿਹੜੇ ਆ ਦੁਬਾਰਾ ਫਿਰ ਮਿਹਨਤ ਕਰਕੇ ਜਿੱਤੂਗੇ। ਠੀਕ ਆ ਜੀ? ਠੀਕ ਆ, ਗੁੱਡ, ਸ਼ਾਬਾਸ਼। ਬਹੁਤ ਐਨਰਜੀ ਆ ਬੱਚਿਆਂ ਦੇ ਵਿੱਚ ਅਤੇ ਇੱਦਾਂ ਹੀ ਪੈਕ ਹੋ ਜਾਓ, ਘੁੰਮ ਜਾਓ ਇੱਦਾਂ ਹੀ। ਠੀਕ, ਰੁਕੋ ਰੁਕੋ ਰੁਕੋ, ਮੈਂ ਜਦੋਂ ਕਹਿਣਾ ਰੈਡੀ ਰੈਡੀ ਆ, ਇੱਕ ਲੱਤ ਭਰ ਹੋ ਜਾਓ। 1 2 3 ਸਟਾਰਟ। ਸ਼ਾਬਾਸ਼ 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 ਸ਼ਾਬਾਸ਼, ਗੁੱਡ 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 ਗੁੱਡ। ਬੈਕ ਆਉਣਾ ਉੱਥੋਂ, ਸ਼ਾਬਾਸ਼। ਜਿਹੜਾ ਪਹੁੰਚ ਗਿਆ ਆ ਜਾਓ ਆ ਜਾਓ। ਉਹ ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਸੋਹਣਾ, ਉਹ ਬਹੁਤ ਵਧੀਆ, ਉਹ ਬਹੁਤ ਵਧੀਆ ਬਹੁਤ ਵਧੀਆ। ਲੈ ਬਈ ਗੁੜੀਆ ਫਿਰ ਜਿੱਤ ਗਈ ਇੱਕ ਵਾਰੀ, ਗੁੱਡ ਸ਼ਾਬਾਸ਼। ਸਾਰੇ ਬਹੁਤ ਸੋਹਣਾ ਕੀਤਾ, ਸਾਰਿਆਂ ਨੇ ਬਹੁਤ ਸੋਹਣਾ ਕੀਤਾ। ਅਤੇ ਪ੍ਰੀਤਿਕਾ ਪ੍ਰੀਤਿਕਾ, ਤੂੰ ਬਹੁਤ ਵਧੀਆ ਦੌੜਦੀ ਵੀ ਬਹੁਤ ਵਧੀਆ ਹੈ, ਸਪੋਰਟਸ ਦੇ ਵਿੱਚ ਬਹੁਤ ਗੋਡੇ ਆ ਤੂੰ। ਆਪਣੇ ਸਕੂਲੇ ਜਿਹੜੇ ਤੁਹਾਡੇ ਟੀਚਰ ਆ ਨਾ, ਜਿਹੜੇ ਤੁਹਾਨੂੰ ਖੜਾਉਂਦੇ ਆ, ਠੀਕ ਹੈ, ਉਹਨਾਂ ਨੂੰ ਕਹਿਣਾ ਮੈਂ ਗੇਮਾਂ 'ਚ ਹੋਣਾ। ਕੀ ਕਹਿਣਾ? ਗੇਮਾਂ 'ਚ ਹੋਣਾ। ਤੂੰ ਕਹਿ ਮੈਂ ਦੌੜਨਾ ਆ, ਤੂੰ ਕਹਿ ਮੈਂ ਪੀ ਟੀ ਊਸ਼ਾ ਬਣਨਾ, ਠੀਕ ਹੈ। ਲਓ ਵੀ ਦੋਸਤੋ, ਹੁਣ ਇਹਨਾਂ ਦੀ ਲੱਗੀ ਆ ਬੈਕ ਰਨਿੰਗ ਰੇਸ ਲੱਗੀ। ਹੁਣ ਦੇਖਦੇ ਹਾਂ, ਬੱਚੋ ਰੈਡੀ ਆ, ਹੱਥ ਉੱਤੇ ਕਰਕੇ ਦੱਸੋ। ਸਾਰੇ ਰੈਡੀ ਆ ਜੀ, ਅਤੇ ਮੈਂ ਜਦੋਂ ਰੈਡੀ 1 2 3 ਕਹੂੰਗਾ, ਸਾਰਿਆਂ ਨੇ ਰਨਿੰਗ ਸ਼ੁਰੂ ਕਰ ਦੇਣੀ ਆ। ਰੈਡੀ 1 2 3 ਸਟਾਰਟ। ਲਓ ਜੀ, ਬਹੁਤ ਲਓ ਜੀ, ਇਹ ਮੁੰਡਾ ਹੋਇਆ ਵਿਨਰ। ਪਹਿਲੀ ਵਾਰ ਜਿੱਤਿਆ ਨਾ ਤੂੰ, ਹੁਣ ਪਹਿਲਾਂ ਤੂੰ ਬਰਾਬਰ ਰਿਹਾ ਸੀ, ਹੈ ਨਾ। ਨਾਮ ਦੱਸ ਆਪਣਾ ਦੁਬਾਰਾ ਇੱਕ ਵਾਰੀ ਉੱਚੀ। ਮੇਰਾ ਨਾਮ ਸੁਮਿਤ ਯਾਦਵ ਹੈ। ਸੁਮਿਤ ਯਾਦਵ, ਗੁੱਡ, ਸ਼ਾਬਾਸ਼। ਨੰਗਲ ਸ਼ਹੀਦਾਂ ਦਾ ਰਹਿਣ ਵਾਲਾ ਅਤੇ ਖੇਡਣਾ ਪਸੰਦ ਆ ਮੁੰਡੇ ਨੂੰ, ਅਤੇ ਵੱਡਾ ਹੋ ਕੇ ਕਹਿੰਦਾ ਮੈਂ ਇੰਡੀਆ ਲਈ ਕੁਛ ਨਾ ਕੁਛ ਕਰੂੰਗਾ। ਕਰੂੰਗਾ? ਲਓ ਵੀ ਦੋਸਤੋ, ਇਹ ਬੱਚੇ ਪਿੱਛੇ ਬੈਠੇ, ਬੱਚੇ ਮੰਨਦੇ ਸੱਚੇ, ਅਤੇ ਇਹ ਕਹਿ ਰਹੇ ਆ ਕਿ ਆਪਾਂ ਅੱਜ ਤੋਂ ਪਬਜੀ ਵਗੈਰਾ ਜਾਂ ਕੋਈ ਵੀ ਮੋਬਾਈਲ ਦੀ ਗੇਮ ਨਹੀਂ ਖੇਡਾਂਗੇ ਅਤੇ ਗਰਾਊਂਡ ਵਿੱਚ ਆ ਕੇ ਖੇਡਾਂਗੇ। ਅੱਛਾ ਬੱਚੋ, ਅੱਜ ਆਪਾਂ ਗਰਾਊਂਡ 'ਚ ਖੇਡੇ ਹਾਂ, ਕਿੱਦਾਂ ਮਜ਼ਾ ਆਇਆ ਕਿ ਨਹੀਂ ਆਇਆ, ਦੱਸੋ ਸਾਰਿਆਂ ਨੂੰ। ਕਿੰਨਾ ਕੁ ਆਇਆ? ਜਿੰਨਾ ਮਜ਼ਾ ਆਇਆ ਉਨੀ ਉੱਚੀ ਬੋਲ ਕੇ ਦੱਸੋ। ਗੁੱਡ, ਸ਼ਾਬਾਸ਼, ਬਹੁਤ ਮਜ਼ਾ ਆਇਆ ਸਾਰਿਆਂ ਨੂੰ। ਇੱਦਾਂ ਹੀ ਆਪਾਂ ਦੁਬਾਰਾ ਗਰਾਊਂਡ ਦੇ ਵਿੱਚ ਆਵਾਂਗੇ, ਬੱਚਿਆਂ ਨੂੰ ਇੰਸਪਾਇਰ ਕਰਾਂਗੇ, ਉਹਨਾਂ ਨੂੰ ਕਹਾਂਗੇ ਕਿ ਗਰਾਊਂਡ ਦੇ ਵਿੱਚ ਆ ਕੇ ਖੇਡੋ, ਪਬਜੀ ਨਾ ਖੇਡੋ, ਸਕਰੀਨ 'ਤੇ ਅੱਖਾਂ ਖਰਾਬ ਹੁੰਦੀਆਂ, ਇੱਦਾਂ ਦਾ ਕੰਮ ਨਾ ਕਰੋ। ਗਰਾਊਂਡ 'ਚ ਆ ਕੇ ਖੇਡਣਾ ਅਤੇ ਆਪਣੇ ਆਪ ਨੂੰ ਫਿਜ਼ੀਕਲ ਫਿੱਟ ਕਰਨਾ, ਫਿਜ਼ੀਕਲ ਫਿੱਟ ਕਰਨਾ, ਫਿਜ਼ੀਕਲ ਫਿੱਟ ਕਰਨਾ। ਲਓ ਵੀ ਦੋਸਤੋ, ਬੱਚਿਆਂ ਨੇ ਤੁਹਾਨੂੰ ਬਹੁਤ ਇੰਟਰਟੇਨ ਕੀਤਾ, ਗੇਮਾਂ ਖੇਡੀਆਂ ਤੁਹਾਡੇ ਨਾਲ, ਤੁਹਾਨੂੰ ਦਿਖਾਇਆ ਕਹਿੰਦੇ ਆਪਾਂ ਇੰਡੀਆ ਲੈਵਲ 'ਤੇ ਕੁਛ ਨਾ ਕੁਛ ਕਰਾਂਗੇ। ਅਤੇ ਬੱਚੇ ਤੁਹਾਨੂੰ ਕੁਛ ਹੁਣ ਕਹਿਣਾ ਚਾਹੁੰਦੇ ਆ, ਜਾਂਦੇ ਜਾਂਦੇ ਕਹਿੰਦੇ ਬਈ ਆਪਾਂ ਕੁਛ ਕਹਿਣਾ ਆ। ਮੈਂ ਕਿਹਾ ਕਹੋ, ਠੀਕ ਆ, ਕੀ ਕਹਿਣਾ ਚਾਹੁੰਦੇ ਆ? ਸਾਡੀ ਵੀਡੀਓ ਨੂੰ ਲਾਈਕ ਕਰੋ, ਸਾਡੀ ਵੀਡੀਓ ਨੂੰ ਲਾਈਕ ਕਰੋ। ਲਓ ਜੀ ਦੋਸਤੋ, ਇਹ ਬੱਚਿਆਂ ਦੇ ਨਾਲ ਆਪਾਂ ਮਸਤੀ ਕੀਤੀ, ਐਕਸਰਸਾਈਜ਼ ਕੀਤੀ, ਠੀਕ ਹੈ ਜੀ, ਉਹਨਾਂ ਨੂੰ ਥੋੜ੍ਹਾ ਮੋਟੀਵੇਟ ਕੀਤਾ ਕਿ ਗਰਾਊਂਡ ਦੇ ਵਿੱਚ ਆ ਕੇ ਖੇਡਣਾ ਚਾਹੀਦਾ, ਅਤੇ ਜਿੰਨਾ ਵੀ ਹੋ ਸਕਿਆ ਜੋ ਮੈਂ ਕਰ ਸਕਦਾ ਸੀ ਮੈਂ ਕੀਤਾ। ਅਤੇ ਜੇ ਅਗਰ ਤੁਹਾਨੂੰ ਇਹ ਪਸੰਦ ਆਇਆ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ, ਵੀਡੀਓ ਨੂੰ ਸ਼ੇਅਰ ਕਰਿਆ ਕਰੋ ਅਤੇ ਲਾਈਕ ਜ਼ਰੂਰ ਕਰਿਆ ਕਰੋ, ਤਾਂ ਜੋ ਅੱਗੇ ਤੋਂ ਨੈਕਸਟ ਬਲੌਗ ਜਿਹੜਾ ਆਵੇ ਉਹ ਹੋਰ ਵਧੀਆ ਤੁਹਾਡੇ ਲਈ ਲੈ ਕੇ ਆ ਸਕਾਂ। ਅਤੇ ਇਸੇ ਤਰ੍ਹਾਂ ਨਾਲ ਜੁੜੇ ਰਹੋ, ਮਨ ਬਲੌਗਸ ਨੂੰ ਜ਼ਰੂਰ ਤੁਸੀਂ ਲਾਈਕ ਕਰਨਾ। ਧੰਨਵਾਦ, ਬਾਏ ਬਾਏ, ਫਿਰ ਆਵਾਂਗੇ, ਠੀਕ ਆ।